ਸਕਾਲਰਸ਼ਿਪ ਮਾਮਲੇ ਨੂੰ ਲੈ ਕੇ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਵੱਲੋਂ ਇਸ ਤੇ ਵੱਡਾ ਐਕਸ਼ਨ ਲਿਆ ਗਿਆ, ਜਿੱਥੇ ਉਹਨਾਂ ਵੱਲੋਂ ਅਧਿਕਾਰੀਆਂ ਦੇ ਨਾਂ ਦੱਸਣ ਤੋਂ ਬਾਅਦ ਕਿਹਾ ਗਿਆ ਕਿ ਜਿਨ੍ਹਾਂ ਵੱਲੋਂ ਸਕਾਲਰਸ਼ਿਪ ਮਾਮਲੇ 'ਚ ਗੜਬੜੀ ਕੀਤੀ ਗਈ ਹੈ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਹੋਰ ਕੀ ਕੁਛ ਕਿਹਾ, ਆਓ ਸੁਣਦੇ ਹਾਂ। ਅੱਜ ਵੇਰਕਾ ਸਾਹਿਬ, ਸਕਾਲਰਸ਼ਿਪ ਮਾਮਲੇ 'ਚ ਜਿਹੜਾ ਡਿਪਾਰਟਮੈਂਟ ਵੱਲੋਂ ਐਕਸ਼ਨ ਲਿਆ ਗਿਆ ਉਹਦੇ ਬਾਰੇ ਕੀ ਕਹਿਣਾ? ਬਈ, ਸਕਾਲਰਸ਼ਿਪ ਦੇ ਮਾਮਲੇ ਦੇ ਅੰਦਰ ਜਿਹੜਾ ਵੀ ਗੜਬੜੀ ਹੋਈ ਉਹਨਾਂ ਦੇ ਖਿਲਾਫ਼ ਤੁਰੰਤ ਕਾਰਵਾਈ ਦੇ ਮੈਂ ਆਦੇਸ਼ ਜਾਰੀ ਕਰ ਦਿੱਤੇ ਹੈ, ਜਿਨ੍ਹਾਂ ਦੇ ਤਹਿਤ ਅੱਜ ਕੁਛ ਅਧਿਕਾਰੀਆਂ ਨੂੰ ਚਾਰਜਸ਼ੀਟ ਕਰ ਦਿੱਤਾ ਗਿਆ, ਜਿਨ੍ਹਾਂ ਦੇ ਵਿੱਚ ਪਰਮਿੰਦਰ ਸਿੰਘ ਗਿੱਲ ਇਹ ਡਿਪਟੀ ਡਾਇਰੈਕਟਰ ਹੈ, ਔਰ ਚਰਨਜੀਤ ਸਿੰਘ DCFA ਹੈਗਾ, ਮੁਕੇਸ਼ ਭਾਟੀਆ SO, ਰਜਿੰਦਰ ਚੋਪੜਾ ਸੁਪਰਡੈਂਟ, ਔਰ ਰਕੇਸ਼ ਅਰੋੜਾ ਇਹ ਸੀਨੀਅਰ ਅਸਿਸਟੈਂਟ ਹੈ। ਇਹ ਤਮਾਮ ਅਧਿਕਾਰੀਆਂ ਨੂੰ ਜਿਹੜਾ ਚਾਰਜਸ਼ੀਟ ਕਰ ਦਿੱਤਾ ਗਿਆ, ਔਰ ਜਿਹੜੇ ਬਾਕੀ ਕਾਲਜ ਜਿਨ੍ਹਾਂ ਕੋਲੋਂ ਪੈਸੇ ਦੀ ਰਿਕਵਰੀ ਬਣਦੀ ਹੈ ਔਰ ਹੁਣ ਤੱਕ ਜਿਨ੍ਹਾਂ ਨੇ ਜਮ੍ਹਾਂ ਨਹੀਂ ਕਰਾਏ, ਉਹਨਾਂ ਦੇ ਖਿਲਾਫ਼ ਵੀ ਜਲਦੀ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ ਜਾ ਰਹੇ ਹੈ।